ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਮੈਂ ਇੰਦਰਜੀਤ ਸਿੰਘ, ਤੁਸੀਂ ਦੇਖ ਰਹੇ ਹੋ ਟੂਰਿਸਟਲ ਇੰਡੀਆ ਇੰਸਟਾਗ੍ਰਾਮ, ਫੇਸਬੁੱਕ ਤੇ ਯੂਟਿਊਬ ਚੈਨਲ। ਆਪਣੀ ਇਹ ਵੀਡੀਓ ਹੁੰਦੀ ਹੈ Q&A, ਯਾਨੀ ਕਿ ਕੁਐਸਚਨ ਤੇ ਆਨਸਰ। ਤੁਸੀਂ ਕਮੈਂਟ ਦੇ ਰੂਪ ਵਿੱਚ ਮੈਨੂੰ ਸਵਾਲ ਕਰਦੇ ਹੋ ਔਰ ਮੈਂ ਤੁਹਾਡੇ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ 'ਚ ਦਿੰਦਾ ਹੁੰਦਾ। ਇਹ ਵੀਡੀਓ ਹਰ ਰੋਜ਼ ਰਾਤ ਨੂੰ ਯੂਟਿਊਬ ਤੋਂ ਰਿਲੀਜ਼ ਹੁੰਦੀ ਹੈ। ਉਹ ਸ਼ੁਰੂ ਕਰਦੇ ਹਾਂ ਅੱਜ ਦਾ Q&A। ਸਭ ਤੋਂ ਪਹਿਲਾਂ ਕਮੈਂਟ ਹੈ ਜੀ ਰੋਬੀ ਚੰਦਰ ਦਾ, ਲਿਖਦੇ ਨੇ ਸਰ IRCC ਸਟ੍ਰਾਈਕ ਦਾ ਇੰਡੀਆ ਵਿੱਚ ਵੀ ਪ੍ਰੋਸੈਸਿੰਗ ਟਾਈਮ ਇਫੈਕਟਡ ਹੋਵੇਗਾ। ਦੇਖੋ, ਮਾੜਾ ਮੋਟਾ ਫਰਕ ਤਾਂ ਪੈਂਦਾ ਹੀ, ਜਦੋਂ IRCC ਜਿਹੜੀ ਸਟ੍ਰਾਈਕ 'ਤੇ ਹੋਵੇ ਥੋੜ੍ਹਾ ਬਹੁਤ ਫਰਕ ਤਾਂ ਪਏਗਾ, ਪਰ ਇਹਦੇ ਨਾਲ ਨਾਲ ਕੀ ਹੈ ਕਿ ਆਰਟੀਫਿਸ਼ੀਅਲ ਇੰਟੈਲੀਜੈਂਸੀ ਵੀ ਕੰਮ ਕਰਦੀ ਹੈਗੀ ਹੈ। ਤਾਂ ਹੋ ਸਕਦਾ ਹੈ ਕਿ ਔਨਲਾਈਨ ਕੰਮ ਚੱਲਦਾ ਰਹੇ, ਪਰ ਓਵਰਆਲ ਜੋ ਰਿਜ਼ਲਟ ਹੈ ਜਾਂ ਹੋਰ ਕਈ ਚੀਜ਼ਾਂ ਦਾ ਕੰਟਰੋਲ ਜਿਹੜਾ ਹੈਗਾ ਉਹ ਮੈਨੂਅਲੀ ਹੁੰਦਾ ਹੈ। ਸੋ ਕਿਤੇ ਨਾ ਕਿਤੇ ਪ੍ਰਭਾਵ ਦਾ ਜਿਹੜਾ RCC ਸਟ੍ਰਾਈਕ ਦਾ ਉਹ ਪੈਣਾ ਹੀ ਪੈਣਾ। ਪਰ ਸਾਡਾ ਇਹ ਮੰਨਣਾ ਹੈ ਕਿ ਕਿਉਂਕਿ ਜਿਹੜੀ RCC ਹੈ ਇਹਦਾ ਇਫੈਕਟ ਜਿਹੜਾ ਹੈਗਾ ਉਹ ਇਮੀਗ੍ਰੇਸ਼ਨ 'ਤੇ ਪੈਂਦਾ ਹੈ। ਸੋ ਇਹ ਜਿਹੜੀ ਸਟ੍ਰਾਈਕ ਹੈਗੀ ਹੈ ਇਹ ਜ਼ਿਆਦਾ ਲੰਬੀ ਨਹੀਂ ਚੱਲੇਗੀ। ਸੋ ਗੌਰਮੈਂਟ ਨੂੰ ਕਿਤੇ ਨਾ ਕਿਤੇ ਗੱਲਬਾਤ ਕਰਨੀ ਪਏਗੀ ਔਰ ਜਿਹੜੀ ਸਟ੍ਰਾਈਕ ਹੈ ਉਹ ਜਲਦੀ ਖਤਮ ਹੋ ਜਾਏਗੀ। ਅਗਲਾ ਕਮੈਂਟ ਹੈ ਜੀ ਤਈਬ ਆਵਾਜ਼ ਦਾ, ਲਿਖਦੇ ਨੇ ਆਈ ਵਾਂਟ ਵਿਜ਼ਿਟ ਕੈਨੇਡਾ ਔਰ ਆਸਟ੍ਰੇਲੀਆ ਵਿਦ ਫੈਮਿਲੀ, ਪਲੀਜ਼ ਸਜੈਸਟ ਮੀ ਵਟ ਇਜ਼ ਦਾ ਬੈਸਟ ਫੋਰ ਮੀ। ਪਾਕਿਸਤਾਨ ਪਾਸਪੋਰਟ ਹੋਲਡ, ਲਿਵ ਇਨ ਸਾਊਥ ਕੋਰੀਆ ਵਿਦ ਫੈਮਿਲੀ, ਆਈ ਐਮ ਡੂਇੰਗ ਜੋਬ ਇਨ ਕੰਪਨੀ, ਸੇਮ ਕੰਪਨੀ ਫਰੋਮ ਲਾਸਟ 14 ਈਅਰ, ਵੀਜ਼ਾ ਸਟੇਟ ਸਿਲ ਵਰਕ ਪਰਮਿਟ। ਆਵਾਜ਼ ਸਾਹਿਬ, ਆਪਕੀ ਪ੍ਰੋਫਾਈਲ ਅੱਛੀ ਹੈ ਔਰ ਆਪ ਕੋਰੀਆ ਮੇਂ ਕਾਮ ਕਰ ਰਹੇ ਹੈ, ਤੋ ਦੋ ਪੈਸੇ ਅੱਛੇ ਬਣਾ ਰਹੇ ਹੋਂਗੇ, ਅੱਛੇ ਕਮਾ ਰਹੇ ਹੋਂਗੇ, ਆਪਕੀ ਇਨਕਮ ਕਾ ਸਾਧਨ ਅੱਛਾ ਹੋਗਾ ਔਰ ਆਪ ਸਕਿੱਲ ਵਰਕ ਵੀਜ਼ਾ ਪੇ ਹੋ ਤੋ ਆਪਕਾ ਸਟੇਟਸ ਵੀ ਲੀਗਲ ਹੈ ਔਰ ਫੈਮਿਲੀ ਆਪਕੇ ਸਾਥ ਹੈ, ਆਪ ਯਹਾਂ ਸੇ ਕੈਨੇਡਾ ਔਰ US ਦੋਨੋਂ ਵੀਜ਼ਾ ਹੀ ਅਪਲਾਈ ਕਰ ਸਕਤੇ ਹੈਂ, ਕੋਈ ਦਿੱਕਤ ਵਾਲੀ ਬਾਤ ਨਹੀਂ ਹੈ, ਤੋ ਆਪ ਦੋਨੋਂ ਹੀ ਵੀਜ਼ਾ ਅਪਲਾਈ ਜੋ ਵੋ ਕਰ ਸਕਤੇ ਹੈਂ। ਔਰ ਯਦਿ ਇਸਕੇ ਲੀਏ ਹਮੇਂ ਆਪਕੇ ਕੁਛ, ਜੋ ਵੀ ਮੇਰੇ ਭਾਈ ਬਹਿਨ ਆਊਟ ਆਫ ਕੰਟਰੀ ਰਹਿਤੇ ਹੈ, ਠੀਕ ਹੈ, ਉਹ ਕਿਸੀ ਵੀ ਕੰਟਰੀ ਮੇਂ ਹੋ, तो उनके कुछ पेपर चाहिए होते हैं, जैसे आपका वर्क कॉन्ट्रैक्ट जिस अकाउंट में सैलरी आ रही है उसकी स्टेटमेंट, एक लीव लेटर, आपकी फैमिली की डिटेल, बैंक स्टेटमेंट, बैंक बैलेंस और आपके पासपोर्ट की कॉपी, ये पेपर चाहिए होते हैं। ये पेपर भेज के आप हमारे थ्रू ऑनलाइन किसी भी कंट्री का वीज़ा अप्लाई कर सकते हैं, हम आपकी ऑनलाइन हेल्प कर सकते हैं। सुमित कुछ लिख देने, सर मैं हॉस्पिटल में 4 ईयर से काम कर रहा हूँ, बायोमेडिकल जॉब कर रहा हूँ और मेरी सैलरी 41,000 है, आउट ऑफ कंट्री का वीज़ा अप्लाई करना है, कर सकता हूँ? बिल्कुल कर सकते हैं जी, आउट ऑफ कंट्री किसी भी कंट्री, आप बताओ किस कंट्री करना चाहते हैं। जैसे आपकी 41,000 है तो उसमें आप UK का वीज़ा अप्लाई कर सकते हैं, न्यूजीलैंड का कर सकते हैं। अभी देखना होगा कि आपकी ITR कितने की है, यदि आपकी ITR अच्छी है तो वीज़ा आप अप्लाई कर सकते हैं। कोई भी मेरा भाई बहन जो वीज़ा अप्लाई करना चाहता है उसके फंड अच्छे होने चाहिए, उसका इनकम का साधन अच्छा होना चाहिए, उसकी बैंक स्टेटमेंट हेल्दी होनी चाहिए, उसकी प्रॉपर्टी की वैल्यूएशन होनी चाहिए और यदि सैलरी या सैलरी अकाउंट में आनी चाहिए। और जैसे सुमित जी आपकी 41,000 सैलरी है अकाउंट में आ रही है, अच्छी बात है, आप न्यूजीलैंड या UK का वीज़ा बड़ी ईजी अप्लाई करके ले सकते हैं। मोहन चौधरी का कमेंट है, लिख देने सर 10 मार्च को बायोमेट्रिक हुई थी लेकिन अभी तक रिजल्ट नहीं आया। ब्रदर टाइम लगेगा, मिनिमम 40 डेज का टाइम जोड़ा है वो लग जाता है, हाले टाइम थोड़ा पूरा नहीं होया, सो टाइम लगेगा क्योंकि जो प्रोसैसिंग टाइम है, अपनी हर एक वीडियो यही गल कहना हूँ, जो प्रोसैसिंग टाइम है वो किसी के हाथ नहीं होंगे, प्रोसैसिंग टाइम वैसे नहीं देखना होंगे, किसी 15 दिन भी आ जाता है तो किसी 4 महीने भी लग जाते हैं, ये किसी कोई हाथ की गल नहीं है। अगला कमेंट है जी गॉड इज वन, लिखते हैं हैलो सर, 17/2/2023 कॉल आई सी, मैं कॉल नहीं चक सकिया, 3/3/2023 वैसे ने मेरी फाइल कैंसल कर दी थी कि थोड़ी सी रिपोर्ट सही नहीं है, पर मैं हूँ दोबारा अप्लाई ਕਦੋਂ ਕਰ ਸਕਦਾ? ਬ੍ਰਦਰ, ਜਦੋਂ ਵੀ ਅੰਬੈਸੀ ਕਾਲ ਕਰੇ ਤਾਂ ਤੁਹਾਨੂੰ ਕਾਲ ਚੱਕ ਲੈਣੀ ਚਾਹੀਦੀ ਹੈ, ਕਿਉਂਕਿ ਅੰਬੈਸੀ ਉਦੋਂ ਵੀ ਕਾਲ ਕਰਦੀ ਹੈ ਜਦੋਂ ਤੁਹਾਡੇ ਕਿਸੇ ਪੇਪਰ 'ਚ ਉਹਨੂੰ ਡਾਊਟ ਹੋਵੇ ਜਾਂ ਕੋਈ ਪੇਪਰ ਘੱਟ ਹੋਵੇ। ਸੋ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨੇ ਇਹ ਕਹਿ ਕੇ ਕੈਂਸਲ ਕੀਤੀ ਹੈ ਕਿ ਤੁਹਾਡੀ ਸੀਨੀਅਰ ਰਿਪੋਰਟ ਸਹੀ ਨਹੀਂ, ਹੋ ਸਕਦਾ ਤੁਸੀਂ ਉਹਦਾ ਕੋਈ ਢੁੱਕਵਾਂ ਜਵਾਬ ਦੇ ਦਿੰਦੇ, ਹੋ ਸਕਦਾ ਤੁਸੀਂ ਵੀਜ਼ਾ ਆਫਿਸਰ ਨੂੰ ਸੈਟੀਸਫਾਈ ਕਰ ਦਿੰਦੇ, ਤੁਹਾਡਾ ਵੀਜ਼ਾ ਆ ਜਾਂਦਾ। ਸੋ ਹੁਣ ਜੇ ਸੀਨੀਅਰ ਰਿਪੋਰਟ ਨੂੰ ਲੈ ਕੇ ਕੋਈ ਪ੍ਰੋਬਲਮ ਹੈ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ ਔਰ ਦੁਬਾਰਾ ਤਾਂ ਵੀਜ਼ਾ ਹਾਸਲ ਕਰ ਸਕਦੇ ਹੋ। ਇਸ ਵਾਸਤੇ ਤੁਹਾਨੂੰ ਇੱਕ ਵਾਰੀ ਆਪਦੀ ਪਹਿਲੀ ਰਿਫਿਊਜ਼ਲ ਪੜ੍ਹ ਕੇ ਚੰਗੇ ਤਰੀਕੇ ਨਾਲ ਫਾਈਲ ਜਿਹੜੀ ਹੈਗੀ ਹੈ ਉਹ ਦੁਬਾਰੇ ਅਪਲਾਈ ਕਰਨੀ ਚਾਹੀਦੀ ਹੈ ਤਾਂ ਕਿ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਅੰਬੈਸੀ ਦੇ ਮਾਮਲੇ 'ਚ ਕਦੇ ਵੀ ਕੋਈ ਅਣਗਹਿਲੀ ਨਹੀਂ ਕਰਨੀ ਚਾਹੀਦੀ, ਅੰਬੈਸੀ ਤੁਹਾਨੂੰ ਕੋਈ ਮੇਲ ਕਰਦੀ ਹੈ ਮੇਲ ਦਾ ਰਿਪਲਾਈ ਕਰਨਾ ਚਾਹੀਦਾ, ਅੰਬੈਸੀ ਤੁਹਾਨੂੰ ਕੋਈ ਕਾਲ ਕਰਦੀ ਹੈ ਕਾਲ ਦਾ ਰਿਪਲਾਈ ਕਰਨਾ ਚਾਹੀਦਾ ਹੈਗਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਤੁਸੀਂ ਕੋਈ ਵੀ ਮਿਸਕਮਿਊਨੀਕੇਸ਼ਨ ਅੰਬੈਸੀ ਦੇ ਨਾਲ ਨਾ ਕਰੋ। ਅਗਲਾ ਕਮੈਂਟ ਹੈ ਜੀ ਪਰਵਿੰਦਰ ਸੋਹੀ ਦਾ, ਪਰਵਿੰਦਰ ਸੋਹੀ ਲਿਖਦੇ ਨੇ ਸਰ ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਦਾ ਟ੍ਰੈਂਡ ਕਿਵੇਂ ਚੱਲ ਰਿਹਾ,
ਰਿਹਾ ਹੈ। ਮੇਰੇ ਅੰਕਲ ਦੀ ਏਜ 62 ਸਾਲ ਹੈ, ਉਹਨਾਂ ਦਾ ਲੱਗ ਸਕਦਾ। ਦੇਖੋ ਆਸਟ੍ਰੇਲੀਆ ਦਾ ਨੋ ਡਾਊਟ ਇਸ ਟਾਈਮ ਜਿਹੜਾ ਟਰੰਡ ਹੈ ਬ੍ਰਦਰ, ਉਹ ਠੀਕ ਨਹੀਂ ਹੈ। ਪਰ ਜਿਹੜੇ ਏਜ ਪਰਸਨ ਨੇ, ਜੇ ਤੁਹਾਡੇ ਅੰਕਲ ਦੀ ਉਮਰ 62 ਸਾਲ ਹੈ ਔਰ ਕੋਈ ਸਪੋਂਸਰ ਕਰ ਰਿਹਾ ਹੈਗਾ, ਫਿਰ ਉਹ ਅਪਲਾਈ ਕਰ ਸਕਦੇ, ਫਿਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ। ਬਟ ਤੁਸੀਂ ਧਿਆਨ ਨਾਲ ਅਪਲਾਈ ਕਰੋ, ਜੇ ਥੋੜਾ ਵੇਟ ਕਰ ਸਕਦੇ ਹੋ ਤਾਂ ਜ਼ਿਆਦਾ ਵਧੀਆ ਗੱਲ ਹੈਗੀ ਹੈ, ਕਿਉਂਕਿ ਇਸ ਟਾਈਮ ਟ੍ਰੈਂਡ ਠੀਕ ਨਾ ਹੋਣ ਕਰਕੇ ਹੋ ਸਕਦਾ ਕੋਈ ਦਿੱਕਤ ਦਾ ਸਾਹਮਣਾ ਕਰਨਾ ਪੈ ਜੇ। ਬਟ ਤੁਸੀਂ ਥੋੜਾ ਵੇਟ ਕਰ ਲਓ ਔਰ ਤੁਸੀਂ ਥੋੜਾ ਰੁਕੇ ਕਰ ਲਓਗੇ ਤਾਂ ਜ਼ਿਆਦਾ ਵਧੀਆ ਹੈ। ਔਰ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਹੈ, ਜੇ ਤੁਹਾਡੀ ਏਜ ਹੈਗੀ ਹੈ ਔਰ ਤੁਹਾਡੀ ਪ੍ਰੋਫਾਈਲ ਅੱਛੀ ਹੈ, ਇਸ ਟਾਈਮ ਅਸੀਂ ਜਿਨ੍ਹਾਂ ਦੀ ਪ੍ਰੋਫਾਈਲ ਅੱਛੀ ਹੈਗੀ ਹੈ ਉਹਨਾਂ ਦਾ ਅਸੀਂ ਇਸ ਟਾਈਮ ਵੀਜ਼ਾ ਜਿਹੜਾ ਹੈਗਾ ਉਹ ਅਪਲਾਈ ਕਰ ਰਹੇ ਹਾਂ। ਜੇ ਤੁਹਾਡੀ ਪ੍ਰੋਫਾਈਲ ਅੱਛੀ ਹੈ ਤਾਂ ਤੁਸੀਂ ਆਪਦਾ ਵੀਜ਼ਾ ਜਿਹੜਾ ਹੈਗਾ ਅਪਲਾਈ ਕਰ ਸਕਦੇ ਹੈਗੇ। ਅਗਲਾ ਕਮੈਂਟ ਹੈ ਜੀ ਲਵਪ੍ਰੀਤ ਸਿੰਘ ਦਾ, ਲਿਖਦੇ ਨੇ ਸਰ ਕੈਨੇਡਾ ਵੇਸਟ ਵੀਜ਼ਾ ਲਈ ਫੰਡ ਕਿੰਨਾ ਕੁ ਓਲਡ ਹੋਣਾ ਚਾਹੀਦਾ। ਵਧੀਆ ਸਵਾਲ ਹੈ। ਦੇਖੋ ਨੋਰਮਲੀ ਤਾਂ 6 ਮਹੀਨੇ ਦਾ ਫੰਡ ਜਿਹੜਾ ਹੈਗਾ ਉਹ ਹੋਣਾ ਚਾਹੀਦਾ। ਫੰਡ ਕਿਉਂ ਜ਼ਰੂਰੀ ਹੁੰਦਾ ਹੈ? ਫੰਡ ਹੁੰਦਾ ਹੈ ਕਿ ਤੁਸੀਂ ਬਾਹਰ ਜਾ ਰਹੇ ਹੋ, ਤੁਹਾਡੇ ਕੋਲ ਆਪਣਾ ਖਰਚਾ ਚੁੱਕਣ ਵਾਸਤੇ ਪੈਸੇ ਹੈਗੇ ਨੇ, ਕਿ ਤੁਹਾਡੇ ਕੋਲ ਇੰਨਾ ਫੰਡ ਹੈਗਾ ਕਿ ਤੁਸੀਂ ਆਪਦਾ ਖਰਚਾ ਅਫੋਰਡ ਕਰ ਸਕੋ, ਆਉਣ ਜਾਣ ਦਾ, ਖਾਣ ਪੀਣ ਦਾ, ਰਹਿਣ ਦਾ। ਤੁਹਾਡੇ ਕੋਲ ਇੰਨਾ ਫੰਡ ਹੈਗਾ ਕਿ ਜਦੋਂ ਤੁਸੀਂ ਬਾਹਰ ਗਏ ਹੋਏ ਹੋਵੋ ਉਦੋਂ ਤੁਹਾਡੇ ਪਿੱਛੋਂ ਤੁਹਾਡੇ ਪਰਿਵਾਰ ਦਾ ਖਰਚਾ ਚੱਲ ਸਕੇ। ਸੋ ਇੰਨਾ ਕੁ ਫੰਡ ਹੋਣਾ ਚਾਹੀਦਾ। ਔਰ 6 ਮਹੀਨੇ ਪੁਰਾਣਾ ਹੋਵੇ ਤਾਂ ਵਧੀਆ ਗੱਲ ਹੈ। ਜੇ 6 ਮਹੀਨੇ ਪੁਰਾਣਾ ਫੰਡ ਨਹੀਂ ਹੈਗਾ ਫਿਰ ਬੈਂਕ ਸਟੇਟਮੈਂਟ ਤੁਹਾਨੂੰ ਨਹੀਂ ਲੈਣੀ ਚਾਹੀਦੀ, ਫਿਰ ਤੁਹਾਨੂੰ ਜਿਹੜਾ ਹੈਗਾ ਜੀ ਬੈਂਕ ਬੈਲੈਂਸ ਸਰਟੀਫਿਕੇਟ ਲੈਣਾ ਚਾਹੀਦਾ। ਕਿਉਂਕਿ ਬੈਂਕ ਬੈਲੈਂਸ ਸਰਟੀਫਿਕੇਟ ਦੇ ਵਿੱਚ ਕੀ ਹੁੰਦਾ ਹੈ, ਅੰਬੈਸੀ ਜਿਹੜਾ ਬੈਂਕ ਹੈ ਉਹ ਹੀ ਲਿਖ ਕੇ ਦੇ ਦਿੰਦਾ ਕਿ ਇਸ ਬੰਦੇ ਦਾ ਸਾਡੇ ਅਕਾਊਂਟ 'ਚ ਬੈਲੈਂਸ ਹੈ, ਅਕਾਊਂਟ ਹੈ, ਇੰਨਾ ਬੈਲੈਂਸ ਪਿਆ। ਪਰ ਕਿੰਨਾ ਪੁਰਾਣਾ ਕਿੰਨਾ ਨਵਾਂ ਉਹਦੇ ਵਿੱਚ ਇਹ ਚੀਜ਼ ਮੈਂਸ਼ਨ ਜਿਹੜੀ ਹੈਗੀ ਹੈ ਉਹ ਨਹੀਂ ਹੁੰਦੀ। ਅਗਲਾ ਕਮੈਂਟ ਹੈ ਜੀ ਫੂਲਨ ਰਾਣੀ ਦਾ, ਲਿਖਦੇ ਨੇ ਸਰ ਮੈਨੇ ਤਾਂ ਸਿੰਗਾਪੁਰ ਜਾਣਾ ਹੈ, ਤੋ ਸਿੰਗਾਪੁਰ ਕੇ ਲਈ ਮੈਂ ਕੌਨ ਸਾ ਵੀਜ਼ਾ ਅਪਲਾਈ ਕਰੂੰ? ਫੂਲਨ ਜੀ ਇਹ ਤੋਂ ਵੀ ਆਪਕੋ ਦੇਖਣਾ ਹੈ ਕਿ ਆਪਣੇ ਆਪਕਾ ਪਰਪਸ ਕਿਆ ਹੈ ਜਾਣੇ ਕਾ। ਯਦੀ ਆਪਣੇ ਕਾਮ ਕਰਨੇ ਕੇ ਲਈ ਜਾਣਾ ਹੈ ਫਿਰ ਆਪ ਕੋਈ ਵਰਕ ਪਰਮਿਟ ਕਾ ਦੇਖੀਏ, ਔਰ ਵਰਕ ਪਰਮਿਟ ਕੇ ਲਈ ਆਪਕੀ ਐਲੀਜੀਬਿਲਿਟੀ ਬਣਨੀ ਚਾਹੀਏ, ਤੋ ਫਿਰ ਆਪ ਦੇਖੀਏ ਕਿ ਕੌਨ ਸਾ ਕੰਸਲਟੈਂਟ ਵਰਕ ਪਰਮਿਟ ਸਿੰਗਾਪੁਰ ਕਾ ਅਪਲਾਈ ਕਰਤਾ ਹੈ। ਯਦੀ ਆਪਣੇ ਘੁੰਮਣੇ ਜਾਣਾ ਹੈ ਤੋ ਫਿਰ ਆਪ ਟੂਰਿਸਟ ਵੀਜ਼ਾ ਅਪਲਾਈ ਕਰ ਸਕਤੇ ਹੈਂ। ਟੂਰਿਸਟ ਵੀਜ਼ਾ ਮੇਂ ਸਿੰਗਾਪੁਰ ਮੇਂ ਕੋਈ ਜ਼ਿਆਦਾ ਪੇਪਰੋਂ ਕੀ ਜ਼ਰੂਰਤ ਨਹੀਂ ਪੜਤੀ, ਸਿਰਫ 50,000 ਕੀ ਬੈਂਕ ਸਟੇਟਮੈਂਟ ਔਰ ਆਪਕਾ ਇੰਪਲਾਈਮੈਂਟ ਕਾ ਪ੍ਰੂਫ ਚਾਹੀਏ, ਔਰ 50,000 ਆਪਕੇ ਅਕਾਊਂਟ ਮੇਂ ਹੋਣੀ ਚਾਹੀਏ, ਔਰ ਸਿੰਗਾਪੁਰ ਕਾ ਤਕਰੀਬਨ 100% ਵੀਜ਼ਾ ਮਿਲ ਜਾਤਾ ਹੈ। ਅਭੀ ਕੌਨ ਸਾ ਵੀਜ਼ਾ ਅਪਲਾਈ ਕਰਨਾ ਇਹ ਆਪਕੀ ਆਪਕੀ ਜੋ ਜ਼ਰੂਰਤ ਹੈ ਉਸ ਪਰ ਡਿਪੈਂਡ ਕਰਦਾ ਹੈ ਕਿ ਆਪ ਕਿਸ ਪਰਪਸ ਸੇ ਵਹਾਂ ਪੇ ਜਾਣਾ ਚਾਹਤੇ ਹੈ। ਸੋ ਦੋਸਤੋ ਇਹ ਸੀਗੇ ਤੁਹਾਡੇ ਕਮੈਂਟ, ਤੁਹਾਡੇ ਸਵਾਲ ਅਤੇ ਮੇਰੇ ਜਵਾਬ। ਉਮੀਦ ਕਰਦਾ ਤੁਹਾਨੂੰ ਵਧੀਆ ਲੱਗੇ ਹੋਣਗੇ। ਜੇਕਰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚ ਸਕੇ। ਔਰ ਜੇ ਤੁਸੀਂ ਪਹਿਲੀ ਵਾਰੀ ਵੀਡੀਓ ਦੇਖਦੇ ਹੋ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਪਲੀਜ਼ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ, ਬੈਲ ਦਾ ਬਟਨ ਦਬਾਓ, ਮੈਨੂੰ ਇੰਸਟਾ 'ਤੇ ਫੋਲੋ ਕਰੋ, ਫੇਸਬੁੱਕ 'ਤੇ ਲਾਈਕ ਕਰੋ, ਟਵਿੱਟਰ 'ਤੇ, ਲਿੰਕਡਇਨ 'ਤੇ ਵੀ ਤੁਸੀਂ ਫੋਲੋ ਕਰ ਸਕਦੇ ਹੋ ਤਾਂ ਕਿ ਹਰ ਇੱਕ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ। ਹੋਰ ਵਧੇਰੇ ਜਾਣਕਾਰੀ ਲਈ, ਆਪਣਾ ਕੇਸ ਡਿਸਕਸ ਕਰਨ ਲਈ, ਕੇਸ ਅਪਲਾਈ ਕਰਨ ਲਈ ਸਕਰੀਨ 'ਤੇ ਦਿੱਤੇ ਨੰਬਰਾਂ 'ਤੇ ਤੁਸੀਂ ਕਾਲ ਕਰ ਸਕਦੇ ਹੋ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।